ਉਹ ਬੱਬੂ ਦਾ ਪਾਪਾ ਹੈਗਾ, ਉਹ ਵੀ ਆਟੋ ਚਲਾਉਂਦਾ ਹੈਗਾ, ਤੇ ਉਹਨਾਂ ਦੋ ਮਾਂ ਦੋਨੋਂ ਬਾਪ ਬੇਟੇ ਦੇ ਨਾਲ ਉਹ ਮੇਰੇ ਨਾਲ ਬਹਿਸਬਾਜ਼ੀ ਕਰੀ, ਮੇਰੇ ਨਾਲ ਬਦਤਮੀਜ਼ੀ ਕਰੀ, ਮੇਰਾ ਹੱਥ ਬਾਹਾਂ ਫੜ ਕੇ ਮਰੋੜ ਦਿੱਤੀ। ਕੁਮਾਰੀ ਨਾਮ ਹੈ ਮੇਰਾ। ਗੀਤਾ ਜੀ ਕੀ ਕੰਮ ਕਰਦੇ ਹੋ? ਮੈਂ ਆਟੋ ਚਲਾਉਂਦੀ ਹਾਂ ਸਰ। ਕੀ ਮਾਮਲਾ ਕੀ ਹੈ? ਮਾਮਲਾ ਸੀ ਮੈਂ ਸਵੇਰੇ ਸਵਾਰੀਆਂ, ਮੈਨੂੰ ਉਹਨਾਂ ਦੀ ਸਟੈਂਡ ਵਾਲਿਆਂ ਨੇ ਖੁਦ ਮੈਨੂੰ ਕਹਿ ਕੇ ਸਵਾਰੀ ਦਿੱਤੇ ਸੀ, ਕਹਿੰਦੇ ਸਵਾਰੀਆਂ ਲੈ ਕੇ ਜਾਣੀ ਸਨੋਰ ਦੀ। ਮੈਂ ਕਿਹਾ ਹਾਂਜੀ ਮੈਂ ਲੈ ਜਾਂਗੀ। ਉਹਨਾਂ ਨੇ ਮੈਨੂੰ ਸਵਾਰੀ ਦਿੱਤੀ, ਉਹਦਾ ਪਿਓ ਆ ਕੇ ਰਾਣਾ ਕਹਿੰਦਾ ਕਿੱਥੇ ਜਾਣਾ। ਮੈਂ ਕਿਹਾ ਵੀਰ ਜੀ ਗੱਲ ਹੋ ਗਈ ਹੈ, ਮੈਂ ਲੈ ਕੇ ਜਾ ਰਹੀ ਹਾਂ। ਇੰਨੇ 'ਚ ਮੇਰੇ ਨਾਲ ਬਦਤਮੀਜ਼ੀ ਕੀਤੀ ਹੈਗੀ ਆ, ਮੇਰੇ ਨਾਲ ਗੰਦ ਬੋਲਿਆ ਵੀ ਮੈਂ ਤੇ ਸਵਾਰੀਆਂ ਚੱਕ ਕੇ ਲੈ ਜਾਂਦੀ, ਇੱਥੇ ਗੰਦ ਪਾ ਰਹੀ ਹੈ, ਇੱਥੇ ਇਹ ਉਹ, ਮੈਨੂੰ ਬਹੁਤ ਗੰਦ ਬੋਲਿਆ ਸੀ। ਉੱਥੋਂ ਦੀ ਉਹਦਾ ਮੁੰਡਾ ਆ ਕੇ ਮੈਨੂੰ ਕਹਿੰਦਾ ਗਿਆ ਇੱਧਰ ਨੂੰ। ਰਾਣਾ ਕੌਣ ਹੈ? ਰਾਣਾ ਕੌਣ ਹੈ? ਰਾਣਾ ਹੈਗਾ ਬੱਬੂ ਦਾ, ਉਹ ਬੱਬੂ ਦਾ ਪਾਪਾ। ਨਹੀਂ ਕੋਈ ਪ੍ਰਧਾਨ ਨਹੀਂ ਹੈਗਾ, ਉਹ ਬੱਬੂ ਦਾ ਪਾਪਾ ਹੈਗਾ, ਉਹ ਵੀ ਆਟੋ ਚਲਾਉਂਦਾ ਹੈਗਾ, ਅਤੇ ਉਹਨਾਂ ਦੋ ਮਾਂ ਦੋਨੋਂ ਬਾਪ ਬੇਟੇ ਦੇ ਨਾਲ ਮੇਰੇ ਨਾਲ ਬਹਿਸਬਾਜ਼ੀ ਕਰੀ, ਮੇਰੇ ਨਾਲ ਬਦਤਮੀਜ਼ੀ ਕਰੀ, ਮੇਰਾ ਬਾਹਾਂ ਫੜ ਕੇ ਮਰੋੜ ਦਿੱਤੀ। ਮੈਨੂੰ ਕਹਿੰਦਾ ਉਂਗਲੀ ਨੀਚੇ ਕਰਕੇ ਗੱਲ ਕਰ, ਅਤੇ ਮੇਰੇ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਹੋਈ। ਫਿਰ ਮੈਂ ਇੱਥੇ ਦਰਖਾਸਤ ਦੇਣ ਆਈ ਸੀ ਮੈਂ ਪੁਲਿਸ ਚੌਂਕੀ 'ਚ, ਫਿਰ ਮੈਂ ਪੁਲਿਸ ਚੌਂਕੀ 'ਚ ਮੇਰੀ ਸੁਣੀ ਨਹੀਂ ਗਈ, ਫਿਰ ਮੈਂ 112 'ਤੇ ਕਾਲ ਕਰਿਆ, ਫਿਰ 112 'ਤੇ ਕਾਲ ਕਰਕੇ ਪੁਲਿਸ ਵਾਲੇ ਆਏ ਸੀ, ਫਿਰ ਉਹਨਾਂ ਨੇ ਵੀ ਮੈਨੂੰ ਚਿਲਾਇਆ, ਮੈਨੂੰ ਉਲਟਾ ਮੈਨੂੰ ਡਾਂਟਣ ਲੱਗੇ, ਮੈਂ ਚੁੱਪ ਹੋ ਗਈ। ਮੈਂ ਕਿਹਾ ਚਲੋ ਕੋਈ ਨਾ, ਫਿਰ ਮੈਂ ਕਿਹਾ ਚਲੋ ਛੋੜੋ। ਫਿਰ ਉਹ 5 ਮਿੰਟਾਂ ਬਾਅਦ ਹੀ ਮੈਨੂੰ ਇਹ ਉਹ ਜਨਾਨੀ ਨੇ ਮੈਨੂੰ ਕੁੱਟਿਆ ਫੜ ਕੇ, ਜਿਹੜੀ ਉਹ ਤੋਂ ਆਟੋ ਚਲਾਉਂਦੀ ਹੈਗੀ ਆ, ਕਹਿੰਦੀ ਬੱਬੂ ਬਾਰੇ ਕੁਛ ਨਹੀਂ ਬੋਲੇਗੀ। ਉਹਨਾਂ ਨੂੰ ਬੈਕਗਰਾਊਂਡ ਕੁਛ ਨਹੀਂ ਪਤਾ ਕਿ ਪਹਿਲੇ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ। ਉਹਨਾਂ ਨੇ ਜਾਣ ਕੇ ਆ ਕੇ ਮੈਨੂੰ ਫੋਨ ਮਾਰ ਦਿੱਤਾ, ਮੇਰੇ ਨਾਲ ਹੱਥਾਪਾਈ ਕੀਤੀ। ਜਨਾਨੀ ਦਾ ਕੀ ਨਾਮ ਹੈ? ਜਨਾਨੀ ਦਾ ਨਾਮ ਨਹੀਂ ਪਤਾ ਹੈਗਾ ਮੈਨੂੰ। ਉਹ ਵੀ ਰਿਕਸ਼ਾ ਚਲਾਉਂਦੀ ਹੈ? ਹਾਂਜੀ। ਕਾਰਨ ਕੀ ਹੈ? ਗੁਰਜੀਤ ਕੌਰ ਨਾਮ ਹੈਗਾ। ਕਾਰਨ ਕੀ ਹੈ ਲੜਾਈ ਦਾ? ਲੜਾਈ ਦਾ ਕਾਰਨ ਇਹੀ ਹੈਗਾ ਕਿ ਉਹ ਮੈਨੂੰ ਉੱਥੇ ਨਾ ਰਿਕਸ਼ਾ ਲਾਉਣ ਦਿੰਦੇ ਹੈਗੇ ਆ, ਨਾ ਮੈਨੂੰ ਉਹ ਖੜਨ ਦਿੰਦੇ। ਮੈਨੂੰ ਕਹਿੰਦੇ ਸਵਾਰੀਆਂ ਆਪਣੀ ਸਾਈਡ ਤੋਂ ਚੁੱਕੋ, ਆ ਸਾਡੇ ਸਾਈਡ ਨਹੀਂ ਆਉਣੇ। ਮੈਂ ਨਹੀਂ ਜਾਂਦੀ, ਇਹਨਾਂ ਨੇ ਮਨਾ ਕਰਿਆ, ਮੈਂ ਨਹੀਂ ਜਾਂਦੀ। ਉਹ ਮੁੰਡੇ ਨੇ ਮੈਨੂੰ ਆਪੇ ਸਵਾਰੀ ਦਿੱਤੀ ਸੀ ਬਈ ਮੈਂ ਜਾ ਨਹੀਂ ਰਿਹਾ, ਤੂੰ ਲੈ ਜਾਏ ਸਵਾਰੀਆਂ। ਫਿਰ ਜਾ ਕੇ ਮੇਰੇ ਨਾਲ ਬਦਤਮੀਜ਼ੀ ਹੋਈ ਹੈ। ਹੁਣ ਤੁਸੀਂ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ? ਹਾਂਜੀ ਮੈਂ ਦਿੱਤੀ ਹੈਗੀ ਆ। ਵੀਡੀਓ ਵਾਇਰਲ ਹੋ ਰਹੀ ਹੈ, ਵੀਡੀਓ ਦੇ ਕੌਣ ਕੌਣ ਹੈ ਬੰਦੇ? ਉੱਥੇ 5 ਮੈਂ ਗਈ ਸੀ ਬੱਸ ਸਟੈਂਡ 'ਤੇ, ਥੋੜ੍ਹਾ ਜਿਹਾ ਹਟ ਕੇ ਹੈਗਾ ਕੁਲਚੇ ਦੀ ਦੁਕਾਨ, ਕੁਲਚੇ ਦੀ ਦੁਕਾਨ ਬੈਠ ਕੇ ਮੈਂ ਕੁਲਚਾ ਬਣਵਾ ਰਹੀ ਸੀ। ਕੁਲਚੇ ਵਾਲਾ ਖੁਦ ਇਸ ਵਾਰ ਦਾ ਗਵਾਹ ਹੈਗਾ, ਮੈਂ ਉੱਥੇ ਕੁਲਚਾ ਖੜਦੀ, ਮੈਨੂੰ ਆ ਕੇ ਕਹਿੰਦਾ ਪਿਆ ਇੱਧਰ ਨੂੰ ਆ। ਮੈਂ ਕਿਹਾ ਤੂੰ ਆ ਜਾ ਇੱਧਰ, ਅਤੇ ਤੂੰ ਆ ਕੇ ਗੱਲ ਕਰ। ਮੈਂ ਕਿਉਂ ਆਵਾਂ? 5-6 ਮੁੰਡੇ ਹੋਰ ਵੀ ਉਹਦੇ ਨਾਲ ਸੀ। ਕਹਿੰਦਾ ਕੰਪਲੇਂਟ ਕਰਾਈਏ ਮੇਰੀ। ਮੈਂ ਕਿਹਾ ਹਾਂ ਕਰਾਈਏ, ਬੋਲੋ। ਕਹਿੰਦਾ ਅਤੇ ਅਗਰ ਮੈਨੂੰ ਪੁਲਿਸ ਵਾਲਿਆਂ ਨੇ ਹੱਥ ਲਾ ਦਿੱਤਾ ਤਾਂ ਮੈਂ ਤੇਰੀ ਟਾਂਗਾ ਤੋੜ ਦੂੰਗਾ, ਤੈਨੂੰ ਜਾਨ 'ਤੇ ਮਰਵਾ ਦੂੰਗਾ, ਤੈਨੂੰ ਖਤਮ ਕਰਵਾ ਦੂੰ ਤੈਨੂੰ। ਹਾਂਜੀ ਮੈਨੂੰ ਧਮਕੀ ਦਿੰਦਾ ਪਿਆ, ਮੈਨੂੰ ਕਹਿੰਦਾ ਗੈਬ ਕਰਾ ਦੂੰਗਾ, ਤੇਰਾ ਪਤਾ ਨਹੀਂ ਲੱਗਣਾ। ਮੈਨੂੂੰ ਹੁਣੇ 1.5 ਮਹੀਨਾ ਵੀ ਪੂਰਾ ਨਹੀਂ ਹੋਇਆ ਸਰ, ਮੈਂ ਹੁਣੇ ਨਵੀਂ ਹਾਂ, ਮੈਂ ਮਜਬੂਰੀ 'ਚ ਰਿਕਸ਼ਾ ਚਲਾ ਰਹੀ। ਮੈਂ ਇਹ ਚਾਹੁੰਦੀ ਹਾਂ ਕਿ ਮੈਂ ਮੇਰੇ ਤੋਂ ਕੋਈ ਫਾਲਤੂ ਨਾ ਬੋਲੇ, ਮੈਂ ਕਿਸੇ ਨਾਲ ਬੋਲਣਾ ਨਹੀਂ ਚਾਹੁੰਦੀ, ਨਾ ਮੈਂ ਕਿਸੇ ਨੂੰ ਬੁਲਾਉਂਦੀ। ਉਸ ਟਾਈਮ ਹਾਂ ਸਾਰੇ ਕਹਿੰਦੇ ਤਾਂ ਹੈਗੇ 100 ਰੁਪਏ ਪਰਚੀ, 100 ਰੁਪਏ ਪਰਚੀ ਨਹੀਂ ਕਹਿੰਦੇ ਤਾਂ ਹੈਗੇ 100 ਰੁਪਏ ਪਰਚੀ ਕੱਟੂਗੀ, ਪਰ ਮੈਨੂੰ ਹਾਂਜੀ ਤਾਂ ਮੈਨੂੰ ਇੰਨਾ ਪਤਾ ਨਹੀਂ ਹੈਗਾ, ਮੈਂ ਨਵੀਂ ਆਈ ਹਾਂ, ਮੈਨੂੰ ਇੰਨਾ ਨੌਲੇਜ ਨਹੀਂ ਹੈਗੀ, ਨਾ ਮੈਨੂੰ ਇਹ ਪਤਾ ਪ੍ਰਧਾਨ ਕੌਣ ਹੈ, ਨਾ ਮੈਨੂੰ ਇਹ ਪਤਾ ਕਿ ਬੰਦੇ ਇੱਧਰ ਦੇ ਕਿਹੜੇ ਹੈਗੇ। ਅੰਦਰ ਲਾਉਂਦੇ ਹੋ ਕਿ ਬਾਹਰ ਲਾਉਂਦੇ? ਮੈਂ ਬਾਹਰ ਲਾਉਂਦੀ ਹਾਂ। ਬਾਹਰ ਰਜਿਸਟਰਡ ਹੈ? ਹਾਂਜੀ। ਇਹਨਾਂ ਦਾ ਰਜਿਸਟਰਡ ਹੈ ਟੈਂਪੂ ਜਿਹੜੇ ਬਾਹਰ ਖੜੇ ਹੈ? ਇਹ ਮੈਨੂੰ ਨਹੀਂ ਪਤਾ, ਪਰ ਇਹ ਹੈ ਉਹ ਰਿਸ਼ੀ ਭਾਈ ਹੈ, ਉਹ ਬਹੁਤ ਅੱਛਾ ਬੰਦਾ। ਮੈਂ ਉਹਨਾਂ ਤੋਂ ਪੁੱਛਿਆ ਸੀ ਰਿਸ਼ੀ ਵੀਰੇ ਤੋਂ, ਮੈਂ ਕਿਹਾ ਵੀਰ ਜੀ ਇੱਥੇ ਰਿਕਸ਼ਾ ਲਾ ਲਿਆ, ਉਹਨਾਂ ਨੇ ਬੋਲਿਆ ਕੋਈ ਨਾ ਬੱਚੇ ਲਾ ਲੇ ਆ ਕੇ ਰਿਕਸ਼ਾ ਲਾ ਲੇ ਕੋਈ ਨਾ। ਜਿਹੜੇ ਬਾਹਰ ਟੈਂਪੂ ਖੜੇ ਰਜਿਸਟਰਡ ਹੈ? ਨਹੀਂ ਮੈਨੂੰ ਨਹੀਂ ਪਤਾ ਇਹਦਾ। ਨਜਾਇਜ਼ ਕਬਜ਼ੇ ਹੈ ਸਾਰੇ? ਹਾਂਜੀ ਇੱਦਾਂ ਹੀ ਹੈ, ਬਸ ਕੋਈ ਵੀ ਨਹੀਂ ਹੈਗਾ, ਮਤਲਬ ਕੋਈ ਨਾ ਕਿੱਧਰ ਲਾਇਸੈਂਸ ਬਣਿਆ, ਨਾ ਕੋਈ ਕਾਗਜ਼ ਬਣੇ ਆ, ਇੱਦਾਂ ਹੀ ਰਿਕਸ਼ੇ ਖੜਾਉਂਦੇ ਨੇ ਸਾਰੇ, ਤਾਂ ਮੈਂ ਵੀ ਖੜਾ ਲਿੱਤਾ। ਠੀਕ ਹੈ ਜੀ।